हाँ जी असी लगाए थे इतों ट्रैक्टर दीप जी। हाँ जी अपने को पहला जॉन्डियर होंदा। अच्छा जी। हाँ पंजाब पंजाब ई। अच्छा जी। जो असी बिजाई करते थे जी सू पहला भी भाई दस के हटे ने भी खड़ा होने की बड़ी दिक्कत आती है जॉन्डियर थोड़ा जा मूहरों हौला है। असी फिर कित यह चलता देखा साढ़े पिंड सरपंच साहब को भी है असी मन बनाया दो महीने हो गए ले गए बहुत वधिया असी कल सुपर सीडर पा के देखा। हाँ असी बटा के उत्ते आउटे लाला भी देख ले जिन्हों आप आंट कह दें उन्हें नहीं सिर चक्या मूहरों उ मैं बकायदे ही जवाकों को कहा भी हाँ बच्चो इन अर्जन वैली कहते हैं सच्चा ही वैली है जो 9 फुट सुपर सीडर की भिगी डाउंदा तुरै जांदा है बहुत इन्हें कई बधाइया सानू ते सीमेंट दा ट्रैक्टर लेके जा रहे हो बई की खासियत लगी सानू बई जी आप पहली गल तो 2014 तो आप ਮਹਿੰਦਰਾ ਏਜੰਸੀ ਨਾਲ ਜੁੜੇ ਹੋਏ ਹਾਂ। ਅੱਛਾ। ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਵਿਊ ਮਿਲ ਰਿਹਾ ਹੈ। ਠੀਕ ਹੈ। ਸਭ ਤੋਂ ਵੱਡੀ ਗੱਲ ਇਹਦੀ ਡੀਜ਼ਲ ਖਪਤ ਸਭ ਤੋਂ ਘੱਟ ਹੈ। ਠੀਕ ਹੈ। ਸੁਪਰ ਦੂਸਰੀ ਗੱਲ ਆਪਾਂ ਹੁਣ ਫਿਲਹਾਲ ਸੁਪਰ ਸੀਟ 'ਤੇ ਚਲਾ ਰਹੇ ਹਾਂ। ਹਾਂਜੀ। ਸੁਪਰ ਸੀਟ 'ਤੇ ਚੱਲਣ 'ਚ ਵੀ ਬਹੁਤ ਵਧੀਆ ਹੈ ਅਤੇ ਉੱਪਰ ਦੇ ਦੂਸਰੇ ਟਰੈਕਟਰਾਂ ਨਾਲ ਆਪਾਂ ਨੂੰ ਡੀਜ਼ਲ ਖਪਤ ਬਹੁਤ ਵਧੀਆ ਮਾਇਲੇਜ ਦੇ ਰਿਹਾ। ਠੀਕ। ਇਹ ਆਪਣਾ ਪਹਿਲਾ ਟਰੈਕਟਰ ਆ ਮਹਿੰਦਰਾ ਦਾ ਜਿਹਦੇ ਵਿੱਚ 5ਵਾਂ ਗੇਅਰ ਟਾਪ ਆ। ਅੱਛਾ ਜੀ। ਹਾਂਜੀ ਇਹ ਪਹਿਲਾ ਟਰੈਕਟਰ ਆ ਜਿਹਦੇ ਵਿੱਚ 5ਵਾਂ ਗੇਅਰ ਟਾਪ ਆ। ਠੀਕ ਹੈ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਕੋਈ ਟਰੈਕਟਰ ਨਹੀਂ ਆ ਰਿਹਾ ਜਿਹਦਾ 5ਵਾਂ ਗੇਅਰ ਟਾਪ ਹੋਵੇ। ਠੀਕ ਹੈ। ਬਾਕੀ ਟਰੈਕਟਰਾਂ ਦਾ ਕੀ ਹੁੰਦਾ 4 ਗੇਅਰ ਹੁੰਦੇ ਨੇ ਇਹਦਾ 5ਵਾਂ ਗੇਅਰ ਟਾਪ ਆ। ਠੀਕ ਹੈ। ਤੇ ਸਿੰਕਰੋ ਸ਼ਟਲ ਆ ਇਹ ਇਹਦੇ ਵਿੱਚ ਕੀ ਆਪਾਂ ਨੂੰ 15 ਸਪੀਡਾਂ ਮੂਰੇ ਨੂੰ ਮਿਲਣਗੀਆਂ 15 ਹੀ ਪਿੱਛੇ ਨੂੰ ਮਿਲਣਗੀਆਂ। ਅੱਛਾ ਸੇਮ ਸਪੀਡ। ਹਾਂਜੀ ਸੇਮ ਸਪੀਡ। ਖਾਸ ਸੁਪਰ ਸੀਡਰ ਲਈ ਕੰਪਨੀ ਦਾ ਸੁਧਾਰ ਕੀਤਾ ਇਹ 2700 ਕੇਜੀ ਦੀ ਲਿਫਟ ਕੈਪੈਸਿਟੀ ਦੇਤੀ 2700 ਕਿਲੋ ਜੀ। ਹਾਂਜੀ ਠੀਕ ਹੈ ਜੀ। ਹਾਂਜੀ 2700 ਕੇ ਚਲੋ ਇਹ ਕਿੰਨੇ ਹੋਣ ਗਿਆ 27 ਕੁਇੰਟਲ 27 ਕੁਇੰਟਲ। ਹਾਂਜੀ ਸਿੱਟੀ ਰਿਹਾ ਵਾ ਜਿੱਦਾਂ ਦੇਖਦੇ ਹੋ ਨਾ ਗੋਲ ਗੇਅਰ। ਹਾਂਜੀ ਆ ਜਿਹੜੀ ਚੱਕੇ ਨੂੰ ਛਾਵਟ ਗਈ ਆ ਜੀ ਇਹ 3 ਗੇਅਰਾਂ ਦੇ ਵਿੱਚ ਦੀ ਹੋ ਕੇ ਗਈ ਆ ਇਹਨੂੰ ਕਲੰਟਰੀ ਡਰਾਈਵ ਕਹਿੰਦੇ। ਹਾਂਜੀ ਠੀਕ ਹੈ ਜੀ। ਇਹਦੇ ਵਿੱਚ 3 ਗੇਅਰ ਹੁੰਦੇ ਨੇ 3 ਗੇਅਰਾਂ ਦੇ ਵਿੱਚ ਛਾਵਟ ਗਈ ਆ ਜਿਹੜੀ ਚੱਕੇ ਨੂੰ ਘੁਮਾਉਂਦੀ ਆ। ਠੀਕ ਹੈ ਜੀ। ਇਹਦਾ ਕੀ ਆ ਟਰੈਕਟਰ ਕਈ ਵਾਰ ਤੁਸੀਂ ਦੇਖਿਆ ਹੋਣਾ ਟਰੈਕਟਰ ਜਿਹੜੇ ਸਾਦਾ ਹਿੱਸਾ ਹੁੰਦਾ ਹਾਂਜੀ ਉਹ ਨਾ ਕਈ ਵਾਰ ਐ ਝੂਲ ਜੀ ਮਾਰਦੇ ਆ ਜਦੋਂ ਜ਼ਿਆਦਾ ਕਰਦੇ ਆ। ਸਹੀ ਆ। ਉਹ ਚੀਜ਼ ਇਹਦੇ ਵਿੱਚ ਬਿਲਕੁਲ ਨਹੀਂ ਹੈਗੀ। ਠੀਕ ਜੀ। ਪੀਟੀਓ ਕਲੱਚ ਹੀ ਲੱਗ ਗਿਆ ਇਹਦਾ। ਅੱਛਾ ਲੱਗ ਗਈ ਹੈ। ਹਾਂਜੀ ਹਾਂ ਇਹ IPTO ਕਹਿੰਦੇ ਇਹਨੂੰ। ਠੀਕ ਹੈ। PTO ਦਾ ਕਲੱਚ ਲੱਗ ਕਰਤਾ ਕੰਪਨੀ ਨੇ। ਠੀਕ ਹੈ ਜੀ। ਹਾਂਜੀ ਉਹ ਮਹਿੰਦਰਾ ਟਰੈਕਟਰਾਂ ਦੀ ਏਜੰਸੀ ਹੈ ਬਾਈ ਹੋਰਾਂ ਦੀ ਤੇ ਆ ਜੋ ਆਪਾਂ ਦਿਖਾਉਨੇ ਆ ਅੱਜ ਇਸ ਏਜੰਸੀ ਦੇ ਵਿੱਚੋਂ ਲਗਭਗ 8-10 ਟਰੈਕਟਰ ਡਿਲੀਵਰ ਹੋਣ ਜਾ ਰਹੇ ਨੇ ਆਪਾਂ ਉਹਨਾਂ ਦੀ ਵੀਡੀਓ ਕਰਨ ਆਇਆ ਨਵੀਂ ਏਜੰਸੀ ਖੁੱਲੀ ਆ ਇਹਨਾਂ ਟਰੈਕਟਰਾਂ ਦੇ ਵਿੱਚ ਕੀ ਖਾਸੀਅਤ ਹੈ ਇਹ ਟਰੈਕਟਰ ਕਿਸਾਨ ਵੀਰ ਕਿਉਂ ਖਰੀਦਣ ਇਹੋ ਜਿਹਾ ਮਹਿੰਦਰਾ ਵਾਲਿਆਂ ਨੇ ਟਰੈਕਟਰ ਦੇ ਵਿੱਚ ਕੀ ਪਾਤਾ ਵੀ ਜਿਹੜੇ ਅੱਜ 8-10 ਟਰੈਕਟਰ ਇਕੱਠੇ ਡਿਲੀਵਰ ਹੋ ਰਹੇ ਨੇ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨਾਲ ਬਣੇ ਰਹੋ ਆ ਜਾਓ ਵੀਰੇ ਠੀਕ ਹੋ ਬਾਈ ਜੀ ਵਧੀਆ ਬਾਈ ਤਾਂ ਠੀਕ ਨੇ ਹਾਂਜੀ ਹਾਂਜੀ ਠੀਕ ਠਾਕ ਅੱਜ ਫਿਰ ਕਹਿੰਦੇ ਅਰਜਨ ਵਾਲਿਆਂ ਨੇ ਚੱਕ ਦੇ ਫਟੇ ਆ ਮਹਿੰਦਰਾ ਵਾਲਿਆਂ ਨੇ ਹਾਂਜੀ ਹਾਂਜੀ ਅੱਜ ਆਪਾਂ 9 ਟਰੈਕਟਰ ਡਿਲੀਵਰੀ ਕੀਤੇ ਨੇ ਮੈਂ ਅਜੇ 7-8 ਹੀ ਕਹਿੰਦਾ ਸੀ ਨਹੀਂ ਪੂਰੇ 9 ਟਰੈਕਟਰ ਆਪਾਂ ਡਿਲੀਵਰੀ ਕੀਤੇ ਨੇ ਅੱਜ। ਅੱਛਾ ਹਾਂਜੀ ਹਾਂ ਅੱਜ ਫਰਾਈਡੇ ਡਿਲੀਵਰੀ ਡੇ ਰੱਖਿਆ ਸੀ ਔਰ ਆਪਾਂ ਇੱਥੇ ਕਸਟਮਰ ਮੀਟ ਵੀ ਰੱਖੀ ਸੀ ਜਿਹਦੇ ਵਿੱਚ ਆਪਣੇ ਘੱਟੋ ਘੱਟ 80 ਤੋਂ 90 ਕਿਸਾਨ ਆਏ ਸੀਗੇ ਸਾਰੇ ਆਪਣੇ। ਅੱਛਾ ਜੀ। ਹਾਂ ਇੱਥੇ ਪਾਰਟਿਸਪੇਟ ਕਰਿਆ ਸੀਗਾ ਸਾਰਿਆਂ ਨੇ। ਠੀਕ ਹੈ। ਬਹੁਤ ਵਧੀਆ ਕਿਸਾਨਾਂ ਨੇ ਆਪਣੀ ਰਾਏ ਵੀ ਦੱਸੀ ਟਰੈਕਟਰ ਬਾਰੇ ਵੀ ਦੱਸਿਆ। ਠੀਕ ਹੈ। ਮੈਂ ਵੀ ਤੁਹਾਨੂੰ ਦੱਸਦਾ ਆਪਣੇ ਇੱਕ ਆਪਣਾ PS ਖੜਾ ਆਪਣੇ ਕੋਲ ਉਹ ਟਰੈਕਟਰ ਦਿਖਾਵਾਂਗਾ। ਹਾਂਜੀ ਹਾਂ ਇਹਦੇ ਬਾਰੇ ਵੀ ਤੁਹਾਨੂੰ ਸਾਰੀ ਖਾਸੀਅਤ ਦੱਸਦਾ। ਇਹ ਮੈਂ ਇਹੀ ਗੱਲ ਕਰ ਰਿਹਾ ਸੀ ਵੀ ਅੱਜ 9 ਟਰੈਕਟਰ ਅੱਜ ਇਕੱਠੇ ਵੇਚੇ ਨੇ ਤੁਸੀਂ ਨੇ। ਹਾਂਜੀ ਹਾਂਜੀ। ਇਹ ਜਾਂ ਤੁਸੀਂ ਨੇ ਕੀ ਸੱਪ ਕੱਢਦਾ ਵੀ 9 ਟਰੈਕਟਰ ਇੱਕ ਦਿਨ 'ਚ ਸੇਲ ਹੋਏ ਅੱਜ। ਇਹਦੇ ਵਿੱਚ ਕੀ ਆ ਜੀ ਆਪਣਾ ਇੱਕ ਤਾਂ ਯੂਓ ਟਰੈਕਟਰ ਆ ਯੂਓ ਟੈਕ ਪਲੱਸ 585। ਅੱਛਾ ਜੀ। ਠੀਕ ਹੈ ਜੀ। ਉਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ। ਡੀਜ਼ਲ ਐਵਰੇਜ ਵੀ ਬਹੁਤ ਵਧੀਆ ਉਹਦੀ ਆ। ਉਹ ਮਹਿੰਦਰਾ ਦੀ ਪਹਿਲੇ ਬੜਾ ਸਰਾ ਕਰਦਾ। ਹਾਂਜੀ ਹਾਂ ਹੁਣ ਉਹ 'ਚ ਮਲਟੀ ਸਪੀਡ ਕੱਢਿਆ। ਅੱਛਾ ਜੀ। ਹਾਂਜੀ ਮੰਨ ਲਓ 12 ਸਪੀਡਾਂ ਆ ਰਹੀਆਂ ਟਰੈਕਟਰ 'ਚ PTO ਦੀਆਂ। ਅੱਛਾ ਜੀ। ਠੀਕ ਹੈ ਜੀ। ਉਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਸਾਰੇ ਲੋਕ ਪਸੰਦ ਕਰ ਰਹੇ ਨੇ। ਤੁਸੀਂ ਵੀ ਦੇਖੀ ਹੋਣੀ ਉਹਦੀ ਵੀਡੀਓ ਵੀ ਆ ਰਹੀਆਂ ਨੇ ਸਾਰੇ ਚੈਨਲ 'ਚ। ਡੀਜ਼ਲ ਖਰਚਾ ਘੱਟ ਆ ਉਹਦਾ 8 ਫੁੱਟ ਦਾ ਸੁਪਰ ਸੀਡਰ ਚਲਾਉਂਦਾ ਬਹੁਤ ਵਧੀਆ। ਅੱਛਾ ਜੀ। ਹਾਂਜੀ 50 ਜਿਵੇਂ ਵਿੱਚ ਕਿਸਾਨ ਭਰਾਵਾਂ ਦੇਖਣਾ ਛੋਟੀਆਂ ਸ਼ਿਕਾਇਤਾਂ ਜਾਂ ਸੀਗੀਆਂ ਅੰਕਲ ਜੀ ਕਹਿੰਦੇ ਵੀ ਸੁਪਰ ਸੀਡਰ ਜਦੋਂ ਪਿੱਛੇ ਪਲਾਂ ਟਰੈਕਟਰ ਮੂੰਹ ਚੱਕਦਾ। ਹਾਂਜੀ ਹਾਂਜੀ ਉਹੀ ਖਾਸੀਅਤ ਅਸੀਂ PS 'ਚ ਪਾਈਆਂ ਜੀ ਸਾਰੀਆਂ ਚੀਜ਼ਾਂ ਇਹਦੇ 'ਚ। ਹਾਂਜੀ ਇਹ ਟਰੈਕਟਰ ਦਿਖਾ ਮਾੜਾ ਜਿਹਾ ਮੁੰਡਾ ਕਿਹੜਾ ਆਲੇ ਦੁਆਲੇ ਕਿਹੜਾ ਦੇ ਕੇ ਟਰੈਕਟਰ ਦਿਖਾ ਦੇ। ਅੱਛਾ ਜੀ ਤੁਸੀਂ ਦੱਸ ਦੇ ਰਹੋ ਇਹ ਨੋਵੋ PS ਇਹਦੇ ਵਿੱਚ ਕੀ ਆਪਣਾ PS ਦਾ ਮਤਲਬ ਆ ਆ ਜਿੱਦਾਂ ਇੱਥੇ PS ਲਿਖਿਆ ਹੋਇਆ ਨਾ ਜੀ। ਹਾਂ ਅੱਛਾ ਜੀ 605 DI PS। ਅੱਛਾ ਜੀ। ਹਾਂਜੀ ਇਹਦਾ PS ਦਾ ਮਤਲਬ ਆ ਪਾਵਰ ਸੀਰੀਜ਼। ਅੱਛਾ ਜੀ। ਹਾਂਜੀ ਇਹ ਟਰੈਕਟਰ ਪਾਵਰ ਸੀ PS ਦੇ ਨਾਂ ਤੇ ਪਾਵਰ ਸੀਰੀਜ਼ ਆਂਦਾ ਜਿਹੜਾ MS ਆਂਦਾ ਉਹਦਾ ਨਾਂ ਆ ਮਾਈਲੇਜ ਸੀਰੀਜ਼। ਮਾਈਲੇਜ ਸੀਰੀਜ਼ ਇਹ ਟਰੈਕਟਰ 'ਚ ਆਪਾਂ ਸਭ ਤੋਂ ਸੁਪਰ ਸੀਡਰ ਅੱਜ ਕੱਲ ਕੀ ਆ ਅੱਗ ਲਾਉਣ ਨਹੀਂ ਦਿੰਦੇ। ਹਾਂਜੀ ਹਾਂ ਸਰਕਾਰ ਵੱਲੋਂ ਵੀ ਜੀ ਅੱਗ ਲਾਉਣ ਕੰਪਲਸਰੀ ਹੋ ਗਿਆ ਸੁਪਰ ਸੀਡਰ। ਹਾਂਜੀ ਹਾਂ ਉਹਦੇ ਲਈ ਸਪੈਸ਼ਲ ਟਰੈਕਟਰ ਬਣਿਆ ਹੋਇਆ ਜੀ ਇਹ ਸੁਪਰ ਸੀਡਰ ਲਈ। ਸੁਪਰ ਸੀਡਰ ਲਈ ਸਪੈਸ਼ਲ ਟਰੈਕਟਰ ਆ। ਹਾਂਜੀ ਠੀਕ ਹੈ ਜੀ। ਇਹਦੀ ਮੈਂ ਖਾਸੀਅਤ ਤੁਹਾਨੂੰ ਪਿੱਛੇ ਜਾ ਕੇ ਵੀ ਦੱਸਾਂਗਾ ਪਹਿਲੇ ਫਰੰਟ ਤੋਂ ਦੱਸਦਾ। ਹਾਂਜੀ ਇਹਦੀ ਆਪਾਂ ਲਾਈਟ ਦੀ ਗੱਲ ਕਰੀਏ ਰਾਈ ਪ੍ਰੌਂਡ ਲਾਈਟ ਆ ਇਹਦੀ।
ओके हाँ मोड़न तो पहला भी आपां नूं दिखूगा जदों आपां मोड़ना ना हाँ जी हाँ जी मोड़न तो पहला साइड नूं लाइट जाऊगी साइड ते भी दिखूगा आपां नूं मतलब हाँ, कह दिए सेंसर सिस्टम है जो हाँ नहीं नहीं सेंसर नहीं है जिदा की हों लाइटा सीधिया आदि कई ट्रैक्टर जमा सीधिया राय प्रोंट आ ओके आ देखो साइड नूं आ साइड नूं आ जी दिखा हाँ मुड़न तो पहला भी आपां नूं डबल एक्टिंग पावर स्टीयरिंग दोनों साइड इधर भी इधर भी पावर स्टीयरिंग दूजी साइड भी पावर स्टीयरिंग इधरली साइड भी दिखा मुंडे इधर भी पावर पावर स्टीयरिंग है जी पावर स्टीयरिंग दोनों साइड पावर स्टीयरिंग वाला है अच्छा जी और आगे वाला जेड़ा हिस्सा एडजस्टेबल है अच्छा ये एडजस्टेबल अपन को की होता आलूआं च एडजस्टेबल करना पेंदा हिस्सा चौड़ा भी हिस्सा हां खुल भी जांदा बंद भी हो जांदा है आ नटा तो है ना हां जी हां एडजस्टेबल ही ये किसी ट्रैक्टर च नहीं आई है अभी तक हां जी हां जी ये चीज बहुत घट आ रही है ठीक है उस तो बाद इसकी सीसी की गल करिए अच्छा जी 3531 सीसी का इंजन है जी इसके बीच ठीक है सब तो बड़ा इंजन है अच्छा ठीक है जी वाटर कूल्ड इंजन है और okay. जो इंजन आ मान लो कई ट्रैक्टर की होंगे पहले ब्लॉक च पानी गया फिर दूजे चाहता तीजे चाहता हाँ जी हाँ ऐसा जाता ना ये की है डायरेक्ट सिस्टम है okay. पानी एक बार डायरेक्ट जाता सारे मान लो हाँ सारी जगह पानी जाता ब्लॉक च सप्लाई जी डायरेक्ट ओके हाँ जी डायरेक्ट सप्लाई कारण इंजन रहा ठंडा बिलकुल जिन्ना मर्जी ट्रैक्टर चला लो 12 घंटे लगातार चलाओ ट्रैक्टर गर्म नहीं होगा है ठीक है क्योंकि डायरेक्ट सर्कुलेशन है ट्रैक्टर डायरेक्ट सर्कुलेशन होने के कारण ट्रैक्टर गर्म नहीं होता ठीक है जी हाँ जी सब तो वड्डी खासियत इंजन की ये है ठीक है जी बाकी दी टोर्क की गल करिए एदा हैगा जी 265 न्यूटन मीटर एदा टोर्क आ जी ठीक है हाँ बहुत वड्डा एदा मान लो 265 जेड़ा दिता हाँ जी बहुत वड्डे ट्रैक्टर च आउंदा जी ये ठीक है अपना 50 कैटागरी का ट्रैक्टर एदा बूट स्पेस भी बहुत वड्डा जी हाँ जी हाँ जे ਜਿਵੇਂ ਮਰਜ਼ੀ ਇਹਦਾ ਪਲੇਟਫਾਰਮ ਜਿਹੜਾ ਖੁੱਲਾ ਡੁੱਲਾ ਪਲੇਟਫਾਰਮ ਆ ਜੀ ਹਾਂ ਜੀ ਜਿਹੜਾ ਉੱਪਰ ਆਪਾਂ ਦੇਖੀਏ ਇਹਦੇ ਵਿੱਚ 3 ਸਪੀਡ ਆ ਅੱਛਾ ਜੀ ਉੱਪਰਲੇ ਪਾਸੋਂ ਗੇਅਰ ਦਿਖਾ ਦੇ ਇਹ ਆਪਣਾ ਪਹਿਲਾ ਟਰੈਕਟਰ ਆ ਮਹਿੰਦਰਾ ਦਾ ਜਿਹਦੇ ਵਿੱਚ 5ਵਾਂ ਗੇਅਰ ਟਾਪ ਆ ਅੱਛਾ ਜੀ ਹਾਂ ਜੀ ਇਹ ਪਹਿਲਾ ਟਰੈਕਟਰ ਆ ਜਿਹਦੇ ਵਿੱਚ 5ਵਾਂ ਗੇਅਰ ਟਾਪ ਆ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਟਰੈਕਟਰ ਨਹੀਂ ਆ ਰਿਹਾ ਜਿਹਦਾ 5ਵਾਂ ਗੇਅਰ ਟਾਪ ਹੋਵੇ ਠੀਕ ਹੈ ਬਾਕੀ ਟਰੈਕਟਰਾਂ ਦਾ ਕੀ ਹੁੰਦਾ 4 ਗੇਅਰ ਹੁੰਦੇ ਨੇ ਇਹਦਾ 5ਵਾਂ ਗੇਅਰ ਟਾਪ ਆ ਠੀਕ ਹੈ ਤੇ ਸਿੰਕਰੋ ਸ਼ਟਲ ਆ ਇਹ ਇਹਦੇ ਵਿੱਚ ਕੀ ਆ ਆਪਾਂ ਨੂੰ 15 ਸਪੀਡਾਂ ਮੂਰੇ ਨੂੰ ਮਿਲਣਗੀਆਂ 15 ਹੀ ਪਿੱਛੇ ਨੂੰ ਮਿਲਣਗੀਆਂ ਅੱਛਾ ਸੇਮ ਸਪੀਡ ਹਾਂ ਜੀ ਸੇਮ ਤੁਸੀਂ ਜਾਣਦੇ ਜਾਂਦੇ ਆਪਾਂ ਕਹਿੰਦਾ ਪਹਿਲਾਂ ਫੋਰਡ ਦੀ ਗੱਲ ਕਰਦੇ ਵੀ ਉਹਨੇ ਹੀ ਮੂਰੇ ਓੜਦਾ ਉਹਨੇ ਹੀ ਪਿੱਛੇ ਓੜਦਾ ਉਹਨੇ ਪਿੱਛੇ ਹਾਂ ਜੀ ਓਦਾਂ ਉਹ ਤੁਸੀਂ ਨੇ ਇਹਦੇ ਵਿੱਚ ਕੱਢਤਾ ਨਾ ਸਭ ਤੋਂ ਵੱਡਾ ਹਾਂ ਬੈਨੀਫਿਟ ਇਹਦਾ ਇਹ ਹੈ ਜੀ ਹਾਂ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡਿਫੈਂਸੀਅਲ ਲੋਕ ਵਗੈਰਾ ਵੀ ਦਿੱਤਾ ਹੋਇਆ ਆ ਦਿਖਾ ਮੁੰਡੇ ਆ ਡਿਫੈਂਸੀਅਲ ਲੋਕ ਆ ਅੱਛਾ ਜੀ ਜਿੱਦਾਂ ਕੀ ਹੁੰਦਾ ਕਿ ਟਰੈਕਟਰ ਫਸ ਗਿਆ ਚਿੱਕੜ 'ਚ ਕਦੇ ਇਹ ਟਾਇਰ ਸਲਿੱਪ ਮਾਰਦਾ ਕਦੇ ਉਹ ਮਾਰਦਾ ਜੀ ਇਹਨੂੰ ਆਪਾਂ ਦਬਾ ਦਾਂਗੇ ਹਾਂ ਜੀ ਟਰੈਕਟਰ ਫਸਿਆ ਹੋਇਆ ਬਾਹਰ ਨਿਕਲ ਜੂਗਾ ਦੋਨੇ ਟਰੈਕਟਰ ਜ਼ੋਰ ਮਾਰਨਗੇ ਦੋਨੇ ਟਾਇਰ ਇਕੱਠੇ ਜ਼ੋਰ ਲਾਉਣ ਲੱਗ ਜਾਣਗੇ ਦੋਨੇ ਜ਼ੋਰ ਮਾਰਨਗੇ ਤਾਂ ਟਰੈਕਟਰ ਆਰਾਮ ਨਾਲ ਨਿਕਲ ਜੂਗਾ ਵਾਹ ਜੀ ਵਾਹ ਕੀ ਬਾਤ ਹੈ ਆ ਜਾਓ ਪਿੱਛੇ ਹੋਰ ਆਪਾਂ ਜਿਹੜੀ ਹਾਂ ਜੀ ਹੋਰ ਆਪਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਦੱਸੀ ਇਹਦੀ ਲਿਫਟ ਕੁਐਸਟੀ ਹੈ ਜਿਹੜੀ ਸੁਪਰ ਸੀਡਰ ਲਈ ਕੰਪਨੀ ਨੇ ਸੁਧਾਰ ਕੀਤਾ ਇਹ ਚ 2700 ਕੇਜੀ ਦੀ ਲਿਫਟ ਕੁਐਸਟੀ ਦੇਤੀ 2700 ਕੇਜੀ ਹਾਂ ਜੀ ਠੀਕ ਹੈ ਜੀ ਹਾਂ ਜੀ 2700 ਕੇ ਚਲੋ ਇਹ ਕਿੰਨੇ ਹੋਣ ਗਿਆ 27 ਕੁਇੰਟਲ 27 ਕੁਇੰਟਲ ਦੀ ਲਿਫਟ ਕੁਐਸਟੀ ਦੇਤੀ ਸਭ ਤੋਂ ਵੱਡੀ ਲਿਫਟ ਕੁਐਸਟੀ ਆ ਰਹੀ ਹੈ ਮਹਿੰਦਰਾ ਚ ਡਬਲ ਸੈਂਸਿੰਗ ਦੇ ਨਾਲ ਇਹਦੀ ਸੈਂਸਿੰਗ ਇੰਨੀ ਕੁ ਵਧੀਆ ਹੋ ਗਈ ਆਪਾਂ ਕਲਟੀਵੇਟਰ ਚਲਾਵਾਂਗੇ ਜਾਂ ਇੱਕ ਵਾਰੀ ਸੈਟਿੰਗ ਕਰਨ ਦੀ ਲੋੜ ਆ ਠੀਕ ਹੈ ਹਾਂ ਮੁੜ ਕੇ ਵਾਰ ਵਾਰ ਇਹਨੂੰ ਹੱਥ ਲਾਉਣ ਦੀ ਲੋੜ ਨਹੀਂ ਜਿੰਨੇ ਮਰਜ਼ੀ ਹੜ ਲਾ ਲਓ ਬਹੁਤ ਵਧੀਆ ਸੈਂਸਿੰਗ ਕਰਦਾ ਇਹ ਟਰੈਕਟਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਿੱਸੇ ਦੀ ਇਹਦਾ ਹਿੱਸਾ ਪੂਰਾ ਪਲੰਟਰੀ ਰਿਹਾ ਵਾ ਜਿੱਦਾਂ ਦੇਖਦੇ ਹੋ ਨਾ ਗੋਲ ਗੇਅਰ ਹਾਂਜੀ ਆ ਜਿਹੜੀ ਚੱਕੇ ਨੂੰ ਛਾਵਟ ਗਈ ਆ ਜੀ ਇਹ 3 ਗੇਅਰਾਂ ਦੇ ਵਿੱਚ ਦੀ ਹੋ ਕੇ ਗਈ ਆ ਇਹਨੂੰ ਪਲੰਟਰੀ ਡਰਾਈਵ ਕਹਿੰਦੇ ਹਾਂਜੀ ਠੀਕ ਹੈ ਜੀ ਇਹਦੇ ਵਿੱਚ 3 ਗੇਅਰ ਹੁੰਦੇ ਨੇ 3 ਗੇਅਰਾਂ ਦੇ ਵਿੱਚ ਛਾਵਟ ਗਈ ਆ ਜਿਹੜੀ ਚੱਕੇ ਨੂੰ ਘੁਮਾਉਂਦੀ ਆ ਠੀਕ ਹੈ ਜੀ ਇਹਦਾ ਕੀ ਆ ਟਰੈਕਟਰ ਕਈ ਵਾਰ ਤੁਸੀਂ ਦੇਖਿਆ ਹੋਣਾ ਟਰੈਕਟਰ ਜਿਹੜੇ ਸਾਦਾ ਹਿੱਸਾ ਹੁੰਦਾ ਹਾਂਜੀ ਉਹ ਨਾ ਕਈ ਵਾਰ ਐ ਝੂਲ ਜੀ ਮਾਰਦੇ ਆ ਜਦੋਂ ਜ਼ਿਆਦਾ ਕਰਦੇ ਆ ਸਹੀ ਆ ਉਹ ਚੀਜ਼ ਇਹਦੇ ਵਿੱਚ ਬਿਲਕੁਲ ਨਹੀਂ ਹੈਗੀ ਠੀਕ ਹੈ ਔਰ ਉਸ ਤੋਂ ਬਾਅਦ ਇਹਦੀ ਸਲਿਪੇਜ ਦਾ ਬੜਾ ਫਰਕ ਆ ਸਲਿਪੇਜ ਵੀ ਘੱਟ ਮਾਰਦਾ ਟਰੈਕਟਰ ਠੀਕ ਹੈ ਜੀ ਹਾਂ ਪਲੰਟਰੀ ਡਰਾਈਵ ਹੋਣ ਕਰਨਾ ਸਲਿਪੇਜ ਵੀ ਘੱਟ ਮਾਰਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ IPTO ਮਿਲਦੀ ਆ ਮੰਨ ਲਓ PTO ਕਲੱਚ ਹੀ ਲੱਗ ਗਿਆ ਇਹਦਾ ਅੱਛਾ ਲੱਗ ਗਈ ਹੈ ਹਾਂ ਜੀ ਹਾਂ ਠੀਕ ਹੈ IPTO ਕਹਿੰਦੇ ਆ ਇਹਨੂੰ ਠੀਕ ਹੈ PTO ਦਾ ਕਲੱਚ ਲੱਗ ਕਰਤਾ ਕੰਪਨੀ ਨੇ ਠੀਕ ਹੈ ਜੀ ਹਾਂ ਜੀ ਉਹਦੇ ਨਾਲ ਕੀ ਆ ਕਲੱਚ ਦੀ ਵੀ ਲਾਈਫ ਜ਼ਿਆਦਾ ਠੀਕ ਹੈ ਜੀ ਹਾਂ ਜੀ ਹਾਂ ਉਸ ਤੋਂ ਬਾਅਦ ਇਹਦੀਆਂ ਲਿੰਕਾਂ ਦੀ ਗੱਲ ਕਰੀਏ ਸਭ ਤੋਂ ਮੋਟੀਆਂ ਲਿੰਕਾਂ ਨੇ ਆ ਦੇਖੋ ਹਾਂ ਹਾਂ ਔਰ
ਜਿੱਦਾਂ ਦੀ ਕਿਸਾਨ ਨੂੰ ਜਿੱਦਾਂ ਕਿਸਾਨ ਦੀ ਡਿਮਾਂਡ ਹੁੰਦੀ ਹੈ ਨਾ ਜੀ, ਹਾਂਜੀ, ਉਦਾਂ ਦਾ ਸਾਰਾ ਕੁਛ ਮੰਨ ਲਓ ਕੰਪਨੀ ਨੇ ਦੇਤਾ, ਮਹਿੰਦਰਾ ਕੰਪਨੀ ਨੇ, ਹਾਂਜੀ, ਜਿੱਦਾਂ ਦੀ ਡਿਮਾਂਡ ਕਰਦਾ ਕਿਸਾਨ, ਠੀਕ ਹੈ, ਉਦਾਂ ਦਾ ਟਰੈਕਟਰ ਕੰਪਨੀ ਬਣਾ ਦਿੰਦੀ ਹੈ। ਖਾਸ ਕਰਕੇ ਪੰਜਾਬ ਨੇ ਜੋ ਜੋ ਚਾਹਿਆ ਉਹੀ ਕੁਛ ਮਿਲਿਆ। ਐਵੇਂ ਨਹੀਂ ਕਹਿੰਦੇ ਮਿੱਤਰੋ ਵੀ ਮਹਿੰਦਰਾ ਪੰਜਾਬ ਦਾ ਪੁੱਤਰ ਟਰੈਕਟਰ, ਕਿਸੇ ਗੱਲ ਨਹੀਂ ਕਹਿੰਦੇ। ਹਾਂਜੀ ਹਾਂਜੀ ਹਾਂ, ਪੰਜਾਬ ਦਾ ਪੁੱਤਰ ਕਿਉਂ ਕਿਹਾ ਗਿਆ? ਕਿਉਂਕਿ ਇੱਕ ਤਾਂ ਇਹਦਾ ਖਰਚਾ ਬੜਾ ਘੱਟ ਹੈ, ਹਾਂਜੀ, ਦੂਜੀ ਚੀਜ਼ ਇਹ ਹਰੇਕ ਦੇ ਬਜਟ 'ਚ ਆ ਜਾਂਦਾ, ਜੀ ਜੀ ਹਾਂਜੀ ਸਰ, ਤੇ ਤੀਜੀ ਚੀਜ਼ ਹੁਣ ਆ ਟਰੈਕਟਰ ਦੀਆਂ ਬਾਈ ਨੇ ਸਾਰੀਆਂ ਖਾਸੀਅਤਾਂ ਹੀ ਦੱਸਦੀਆਂ ਵੀ ਇੰਨੀਆਂ ਖਾਸੀਅਤਾਂ ਇੱਕੋ ਹੀ ਟਰੈਕਟਰ ਦੇ ਵਿੱਚ ਪਾਉਣੀਆਂ ਇੰਪੋਸੀਬਲ ਹੈ, ਪਰ ਫਿਰ ਵੀ ਪੋਸੀਬਲ ਕਰਕੇ ਕਿਸਾਨ ਵੀਰਾਂ ਨੂੰ ਇਹ ਬਹੁਤ ਵੱਡਾ ਗਿਫਟ ਦਿੱਤਾ। ਤੇ ਬਈ ਹੋਰ ਇੱਕ ਇਹ ਆਪਣਾ ਕਿਹੜਾ, ਇਹ ਕਿਹੜਾ ਮਾਡਲ ਹੈ ਜੀ? ਇਹ 575 ਆ ਜੀ, XP ਪਲੱਸ 575 XP, ਹਾਂਜੀ ਹਾਂਜੀ, ਠੀਕ ਹੈ ਜੀ। ਇਹ ਜਿਵੇਂ ਆਪਣਾ ਪਹਿਲੇ ਮਾਡਲ ਆਉਂਦਾ ਹੀ ਸੀ ਆਪਣਾ ਇਹ, ਹਾਂਜੀ ਹਾਂਜੀ, ਇੱਧਰ ਦਿਖਾਇਓ ਮਾੜਾ। ਇਹ ਉਸੇ ਲੁੱਕ 'ਚ ਹੀ ਹੈ ਨਾ ਜੀ, ਪੁਰਾਣੀ ਲੁੱਕ 'ਚ ਹੀ ਦਿਖਾਇਆ? ਹਾਂਜੀ, ਇਹ ਪੁਰਾਣੀ ਲੁੱਕ 'ਚ ਹੈ, ਜਿਵੇਂ ਆਪਣਾ ਪਹਿਲੇ 575 ਆਉਂਦਾ ਸੀ ਬਹੁਤ ਟਾਈਮ ਤੋਂ। ਹਾਂਜੀ, ਇਹ XP ਪਾਵਰ, ਮੰਨ ਲਓ ਐਕਸਟਰਾ ਪਾਵਰ, ਇਹ 2 HP ਵਧਾਤਾ ਇਹ ਟਰੈਕਟਰ। ਮੰਨ ਲਓ ਪਹਿਲੇ 45 HP 'ਚ ਆਉਂਦਾ ਸੀ, ਹੁਣ ਇਹ 47 HP 'ਚ, ਠੀਕ ਹੈ। ਉਸ ਤੋਂ ਬਾਅਦ ਮਤਲਬ ਪਹਿਲਾਂ ਵਾਲੇ ਨਾਲੋਂ ਵੀ ਤਕੜਾ ਕਰਤਾ। ਹਾਂਜੀ ਹਾਂਜੀ, 6 ਸਾਲ ਦੀ ਵਾਰੰਟੀ ਦੇ ਦੀ ਇਹਦੇ ਵਿੱਚ। ਅੱਛਾ ਜੀ, ਹਾਂਜੀ ਹਾਂ, ਬਹੁਤ ਮੰਨ ਲਓ ਬੈਨੀਫਿਟ ਨੇ ਇਹਦੇ ਟਰੈਕਟਰ ਦੇ। ਅੱਛਾ ਜੀ, ਜਿੱਥੇ ਮਰਜ਼ੀ ਲਾ ਲਓ, ਟਰਾਲੀ ਤੇ ਲਾ ਲਓ ਚਾਹੇ, ਠੀਕ ਹੈ ਜੀ। ਇੱਕ ਜਿਵੇਂ ਇਹਨਾਂ ਟਰੈਕਟਰਾਂ ਦੇ ਵਿੱਚ 575 'ਚ 475 'ਚ ਦਿੱਕਤ ਆਉਂਦੀ ਹੁੰਦੀ ਵੀ ਟਰਾਲੀ ਦੇ ਵਿੱਚ ਟਰੈਕਟਰ ਕਾਮਯਾਬ ਨਹੀਂ ਕਹਿੰਦੇ ਸੀਗੇ ਲੋਕ ਵੀ ਟਰਾਲੀ 'ਚ ਕਾਮਯਾਬ ਨਹੀਂ 575 475। ਕੀ ਹੁੰਦਾ ਸੀ ਮੈਂ ਤੁਹਾਨੂੰ ਦੱਸਦਾ, ਉਹੀ ਦੱਸਣ ਲੱਗਿਆ ਮੈਂ, ਪਹਿਲੇ ਕੀ ਹੁੰਦਾ ਸੀ ਇਹਦੀ ਥੋੜ੍ਹੀ ਜਿਹੀ ਲੰਬਾਈ ਘੱਟ ਸੀ। ਅੱਛਾ ਜੀ, ਹਾਂ, ਹੁਣ ਟਰੈਕਟਰ ਦੀ ਲੰਬਾਈ ਵਧਾ ਦਿੱਤੀ ਥੋੜ੍ਹੀ ਜਿਹੀ, ਹੁਣ ਉਹ ਸਭ ਦਿੱਕਤ ਨਹੀਂ ਆਉਂਦੀ ਟਰਾਲੀ 'ਚ, ਠੀਕ ਹੈ। ਹਾਂਜੀ ਹਾਂ, ਪਹਿਲੇ ਥੋੜ੍ਹੀ ਲੰਬਾਈ ਜਿਹੜੀ ਜਿਹੜੀ ਕੰਪਲੀਟ ਪਹਿਲਾਂ ਕੰਪਨੀ ਵੱਲੋਂ ਜਿੱਦਾਂ ਆਪਣਾ ਸਰਪੰਚ ਮਾਡਲ ਸੀ, ਸਰਪੰਚ ਮਾਡਲ, ਉਹ ਥੋੜ੍ਹੀ ਜਿਹੀ ਲੰਬਾਈ ਉਹਦੀ ਘੱਟ ਸੀਗੀ, ਇਹਦੀ ਲੰਬਾਈ ਥੋੜ੍ਹੀ ਜਿਹੀ ਵਧਾ ਦਿੱਤੀ, ਹੁਣ ਉਹ ਪ੍ਰੋਬਲਮ ਨਹੀਂ ਆਉਂਦੀ, ਠੀਕ ਹੈ। ਬਾਕੀ ਰਹੀ ਗੱਲ ਆਪਣਾ ਅਰਜਨ 555 605 ਜਿਹੜਾ ਅਲਟਰਾ ਟਰੈਕਟਰ ਆ, ਠੀਕ ਹੈ, ਉਹ ਤਾਂ ਭਾਵੇਂ ਖੂਹ 'ਚ ਕਹਿੰਦੇ ਟਰਾਲੀ ਡਿੱਗੀ ਹੋਵੇ ਉਹ ਵੀ ਕੱਢ ਲਿਆਉਂਦਾ ਟਰੈਕਟਰ ਉਹ। ਅੱਛਾ ਜੀ, ਹਾਂਜੀ ਹਾਂ, ਇਹੋ ਜਿਹਾ ਕੀ ਪਤਾ ਇਹ ਤੁਹਾਨੂੰ ਪਤਾ ਹੀ ਹੈ ਟਰੈਕਟਰ ਦਾ, ਉਹ ਟਰਾਲੀ ਵਾਲੇ ਨੂੰ ਪਤਾ ਜਿਹੜਾ ਮਿੱਟੀ ਦਾ ਕੰਮ ਕਰਦੇ ਆ ਜਾਂ ਰੇਤੇ ਦਾ ਕੰਮ ਕਰਦੇ ਆ। ਹਾਂ, ਅਰਜਨ 605 ਆ, ਠੀਕ ਹੈ, ਮੰਨ ਲਓ ਟਰਾਲੀ ਲਈ ਬੈਸਟ ਆ ਟਰੈਕਟਰ। ਇੱਕ ਚੀਜ਼ ਮਿੱਤਰੋ ਤੁਹਾਨੂੰ ਹੋਰ ਦੱਸ ਦਿਆਂ ਵੀ ਇਸ ਸਾਲ ਪੂਰੇ ਪੰਜਾਬ ਦੇ ਵਿੱਚ ਟੌਪ ਦਾ ਰਿਜ਼ਲਟ ਜਿਹੜਾ ਆਇਆ ਉਹ ਮਹਿੰਦਰਾ ਟਰੈਕਟਰ ਸਭ ਤੋਂ ਵੱਧ ਵਿਕੇ। ਮੈਂ ਨੈਟ ਤੇ ਕੱਢ ਕੇ ਦੇਖ ਕੇ ਆਇਆ ਚੀਜ਼ ਵੀ ਪੰਜਾਬ ਦੇ ਵਿੱਚ ਇਸ ਸਾਲ ਮਹਿੰਦਰਾ ਟਰੈਕਟਰ ਸਭ ਤੋਂ ਵੱਧ। ਹਾਂਜੀ, ਤੇ ਇੱਕ ਚੀਜ਼ ਹੋਰ, ਇਹ ਇੰਨੇ ਟਰੈਕਟਰਾਂ ਤੇ ਫੁਲਕਾਰੀਆਂ ਪਾਈਆਂ ਹੋਈਆਂ ਨੇ, ਇਹਨਾਂ ਦਾ ਰੀਜ਼ਨ ਹੈ ਇਹ ਟਰੈਕਟਰ ਸਾਰੇ ਹੀ ਜਾ ਰਹੇ ਨੇ ਆਪਣੇ ਅੱਜ ਵੀ। ਹਾਂ, ਇਹ ਵੀ ਸਾਰੇ 9 ਟਰੈਕਟਰ ਡਿਲੀਵਰੀ ਕਰ ਰਹੇ ਨੇ, ਤੁਹਾਨੂੰ ਦੱਸਿਆ ਸੀਗਾ ਸਾਰੇ ਟਰੈਕਟਰ ਦਿਖਾ ਮੁੰਡਿਆ, ਇੰਨੇ ਤਿਆਰ ਹੁੰਦੇ ਨੇ ਇਹਨਾਂ ਨੂੰ ਛੱਤਰੀਆਂ ਲਾਉਣ ਵਾਲੀਆਂ ਰਹਿ ਗਈਆਂ ਦੇ ਰਹੇ ਹਾਂ ਬਈ ਆਪਾਂ ਨਾ। ਇਹ ਟਰੈਕਟਰ ਵੀ 4x4 ਹੈ, ਇਹ ਜਿਹੜਾ ਬਾਈ ਕਿਹੜਾ ਲੈ ਕੇ ਜਾ ਰਿਹਾ, ਇਹ ਜਿਹੜਾ ਆਪਾਂ 605 ਇਹਦਾ ਰਿਵਿਊ ਕਰਿਆ ਪਹਿਲੇ ਆਪਾਂ, ਉਹ ਟਰੈਕਟਰ ਦਾ 605 ਦਾ, ਠੀਕ ਹੈ, ਇਹ ਉਹੀ ਹੈ। ਮੰਨ ਲਓ ਇਹਦੇ ਵਿੱਚ 4-wheel ਡਰਾਈਵ ਆ, ਉਹ 2-wheel ਡਰਾਈਵ ਸੀਗਾ, ਠੀਕ ਹੈ, ਇਹ 4x4 ਆ ਜੀ, ਇਹ ਜਮਾ ਜਮਦੂਦ ਦਾ ਝੋਟਾ ਹੀ ਲੱਗਦਾ। ਹਾਂਜੀ ਹਾਂ, ਪੂਰਾ ਜੀ, ਇਹ ਆਪਣੇ ਦੀ ਪਾਵਰ ਤੱਕ ਕਸਟਮਰ ਵੀ ਆਪਣੇ ਨਾਲ ਨੇ, ਜਿਹਨਾਂ ਕਸਟਮਰ ਨੇ ਟਰੈਕਟਰ ਲੈ ਕੇ ਜਾਣਾ ਖੜੇ ਨੇ ਬਾਈ ਜੀ, ਤੇ ਬਈ ਬਧਾਈਆਂ ਤੁਹਾਨੂੰ, ਤੇ ਤੁਸੀਂ ਮਹਿੰਦਰਾ ਟਰੈਕਟਰ ਲੈ ਕੇ ਜਾ ਰਹੇ ਹੋ, ਹਾਂਜੀ ਬਾਈ, ਕੀ ਖਾਸੀਅਤ ਲੱਗੀ ਤੁਹਾਨੂੰ ਬਾਈ ਜੀ? ਆਪਾਂ ਪਹਿਲੀ ਗੱਲ ਤਾਂ 2014 ਤੋਂ ਆਪਾਂ ਮਹਿੰਦਰਾ ਏਜੰਸੀ ਨਾਲ ਜੁੜੇ ਹੋਏ ਆ। ਅੱਛਾ, ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਵਿਊ ਮਿਲ ਰਿਹਾ, ਠੀਕ ਹੈ। ਸਭ ਤੋਂ ਵੱਡੀ ਗੱਲ ਇਹਦੀ ਡੀਜ਼ਲ ਖਪਤ ਸਭ ਤੋਂ ਘੱਟ ਹੈ, ਠੀਕ ਹੈ। ਸੁਪਰ, ਦੂਸਰੀ ਗੱਲ ਆਪਾਂ ਹੁਣ ਫਿਲਹਾਲ ਸੁਪਰ ਸੀਟ ਤੇ ਚਲਾ ਰਹੇ ਆ, ਹਾਂਜੀ, ਸੁਪਰ ਸੀਟ ਤੇ ਚੱਲਣ 'ਚ ਵੀ ਬਹੁਤ ਵਧੀਆ, ਤੇ ਉੱਪਰ ਦੇ ਦੂਸਰੇ ਟਰੈਕਟਰਾਂ ਨਾਲ ਆਪਾਂ ਨੂੰ ਡੀਜ਼ਲ ਖਪਤ ਬਹੁਤ ਵਧੀਆ ਮੈਲੇਜ ਦੇ ਰਿਹਾ, ਠੀਕ ਹੈ, ਹਾਂਜੀ। ਤੁਸੀਂ ਡੇਢ ਮਹੀਨਾ ਹੋ ਗਿਆ ਟਰੈਕਟਰ ਦਾ ਜੀ, ਤੇ ਮੰਨ ਲਓ ਸੁਪਰ ਸੀਟਰ ਦੇ ਲੋਕ ਕਹਿੰਦੇ ਨੇ ਮੰਨ ਲਾ ਸਿਰ ਚੱਕਦਾ, ਇਹੋ ਜਿਹੀ ਕੋਈ ਗੱਲਬਾਤ ਨਹੀਂ।
ਸੁਪਰ ਸੀਟਰ ਤੇ ਬਹੁਤ ਵਧੀਆ ਕੰਮ ਜਾ ਰਿਹਾ ਜੀ। ਸੁਪਰ ਸੀਟਰ ਦੀ ਬਾਹਲੀ ਕੰਪਲੇਂਟ ਆ ਰਹੀ ਸੀ ਹਨਾ, ਦੂਜੇ ਟਰੈਕਟਰ ਦੀ ਬਹੁਤ ਪ੍ਰੋਬਲਮ ਆ ਜੀ। ਸੋਨਾ ਦੀ ਇੱਕ ਰੱਖਿਆ ਸੀ ਪਹਿਲਾਂ ਸੀ, ਜਦੋਂ ਮੰਨ ਲਾ ਸੁਪਰ ਸੀਟਰ ਪਾਉਂਦੇ ਸੀ ਜੀ ਅਸੀਂ, ਖੜਾ ਹੁੰਦਾ ਸੀ ਉਹ। ਅੱਛਾ, ਹੁਣ ਬਿਲਕੁਲ ਖੜਾ ਨਹੀਂ ਹੁੰਦਾ ਜੀ, ਡੇਢ ਮਹੀਨਾ ਹੋ ਗਿਆ ਜੀ ਸਾਨੂੰ ਜੀ, ਅਸੀਂ ਅੱਜ ਉਹ ਕਰਾਉਣ ਆਏ ਸੀ ਜੀ ਮਾਮਾ। ਹਾਂ ਜੀ ਹਾਂ। ਤੇ ਕਿਵੇਂ ਚਲਾਈ ਚਲੂਈ ਦਾ? ਚਲਾਈ 'ਚ ਬਹੁਤ ਵਧੀਆ ਜੀ। ਅੱਛਾ, ਬਾਕੀ ਕੀ ਕਹਿ ਸਕਦੇ ਇਹਦੇ ਬਾਰੇ, ਬਹੁਤ ਵਧੀਆ ਜੀ ਟਰੈਕਟਰ। ਜਮ ਦੂਦ ਦਾ ਝੋਟਾ ਹੀ ਆ। ਅਰਜਨ ਤਾਂ ਹੁਣ ਜਦੋਂ ਤੁਹਾਨੂੰ ਫਿਲਮਾਂ 'ਚ ਜਿਵੇਂ ਕਹਿੰਦੇ ਨੇ ਅਰਜਨ ਬੈਲੀ ਦਾ, ਬਾਕੀ ਹੋਰ ਆ ਜੀ, ਇਹਦਾ ਮਿੱਟੀ ਦੇ ਵੀ ਅਸੀਂ ਮਿੱਟੀ ਦਾ ਕੰਮ ਵੀ ਕਰਦੇ ਹਾਂ ਜੀ, ਜਿਵੇਂ ਮਿੱਟੀ ਦੇ ਹੁਣ ਜੌਂਡੀ ਆ ਰਹਾ ਹੁਣ, ਇਹਨਾਂ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੀ। 55 ਦੀ 21-22 ਮਾਡਲ ਦੀ ਤਾਂ ਜ਼ਿਆਦਾ ਆ ਰਹੀ ਹੈ ਜੀ ਪ੍ਰੋਬਲਮ ਜੀ। ਇਹ ਮਿੱਟੀ ਦੇ ਹਰ ਨੂੰ ਵੱਧ ਕਾਮਯਾਬ ਨੇ ਜੀ, ਮੰਨ ਲਓ 4 ਫੁੱਟੀ ਵਾੜ ਦਾ ਕੰਮ ਮਿੱਟੀ ਦਾ ਕਰਦੇ ਹਾਂ ਅਸੀਂ, ਜਮੀ ਨਹੀਂ ਜਾਵਕਦੇ ਜੀ, ਮਿੱਟੀ ਦੇ ਪੂਰੇ ਵਧੀਆ ਕਾਮਯਾਬ ਨੇ। ਇੱਕ ਅੰਕਲ ਜੀ ਤੁਸੀਂ ਵੀ ਲੈ ਕੇ ਗਏ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਟਰੈਕਟਰ? ਹਾਂਜੀ, ਅਸੀਂ ਲਗਾਏ ਤੇ ਇੱਥੋਂ ਟਰੈਕਟਰ ਦੀਪ ਜੀ। ਹਾਂ ਜੀ, ਆਪਣੇ ਕੋਲੇ ਪਹਿਲਾਂ ਜੌਂਡੀਅਰ ਹੁੰਦਾ। ਅੱਛਾ ਜੀ। ਹਾਂ, 50-50E। ਅੱਛਾ ਜੀ। ਉਹਦੇ ਨਾਲ ਜਦੋਂ ਅਸੀਂ ਬਿਜਾਈ ਕਰਦੇ ਤੇ ਜਿਹੜੀ ਆ ਸੋਨੂੰ ਪਹਿਲਾਂ ਵੀ ਭਾਈ ਦੱਸ ਕੇ ਹਟੇ ਨੇ ਵੀ ਖੜਾ ਹੋਣ ਦੀ ਬੜੀ ਦਿੱਕਤ ਆਉਂਦੀ ਹੈ, ਜੌਂਡੀਅਰ ਥੋੜਾ ਜਿਹਾ ਮੂਹਰੋਂ ਹੌਲਾ ਹੈ। ਹੌਲਾ ਜੀ। ਹਾਂ, ਅਸੀਂ ਫਿਰ ਕਿਤੇ ਇਹ ਚੱਲਦਾ ਦੇਖਿਆ, ਸਾਡੇ ਪਿੰਡ ਸਰਪੰਚ ਸਾਹਿਬ ਕੋਲੇ ਵੀ ਹੈਗਾ, ਅਸੀਂ ਮਨ ਬਣਾਇਆ, 2 ਮਹੀਨੇ ਹੋ ਗਏ ਲੈ ਗਏ। ਅੱਛਾ ਜੀ। ਬਹੁਤ ਵਧੀਆ, ਅਸੀਂ ਕੱਲ ਸੁਪਰ ਸੀਟਰ ਪਾ ਕੇ ਦੇਖਿਆ। ਅੱਛਾ। ਹਾਂ, ਅਸੀਂ ਬੱਟਾਂ ਦੇ ਉੱਤੇ ਉਹਨੂੰ ਔਂਟੇ ਲਾ ਲਾ ਵੀ ਦੇਖ ਲਏ, ਜਿਹਨੂੰ ਆਪਾਂ ਆਂਟ ਕਹਿੰਦੇ ਨੇ, ਉਹਨੇ ਨੀ ਸਿਰ ਚੱਕਿਆ ਮੂਹਰੋਂ। ਉੱਥੇ ਮੈਂ ਬਕਾਇਦੇ ਹੀ ਜਵਾਕਾਂ ਨੂੰ ਕਿਹਾ ਵੀ ਹਾਂ ਬੱਚਿਓ, ਇਹਨੂੰ ਅਰਜਨ ਬੈਲੀ ਕਹਿੰਦੇ ਨੇ, ਸੱਚਾ ਹੀ ਬੈਲੀ ਹੈ ਜਿਹੜਾ 9 ਫੁੱਟੇ ਸੁਪਰ ਸੀਡਰ ਦੀ ਭਿੱਗੀ ਡਾਉਂਦਾ ਤੁਰਿਆ ਜਾਂਦਾ ਹੈ। ਬਹੁਤ ਇਹਨੇ ਧੱਜੀਆਂ ਡਾਈਆਂ, ਆਪਣੇ ਜਿਹੜੇ ਬਾਜਰੇ ਨਹੀਂ ਹੁੰਦੇ ਵਾਢਾਂ ਵਾਲੇ, 2 ਬਿੱਘੇ ਵਾਹਣ 'ਚ ਆਪਣੇ ਉਹ ਬੀਜਿਆ ਹੋਇਆ, ਉਹਦੇ ਬੁੱਝ ਇੱਕ ਵਾਰ 'ਚ ਹੀ ਖਤਮ ਕਰਦਾ ਤੁਰਿਆ ਗਿਆ। ਇਹਨੇ ਕੋਈ ਪਰਵਾਹ ਨਹੀਂ ਮੰਨੀ, ਖਾਲ ਟੱਪਿਆ ਸੁਪਰ ਸੀਡਰ ਲੈ ਕੇ, ਆਰਾਮ ਨਾਲ ਟੱਪਿਆ ਜੀ। ਬਹੁਤ ਵਧੀਆ ਟਰੈਕਟਰ ਹੈ, ਬਾਕੀ ਸਿਰ ਇਹਦੀ ਸੜਕ ਤੇ ਸਪੀਡ ਬਹੁਤ ਹੈ। ਅੱਛਾ ਜੀ। ਹਾਂ, ਬਹੁਤ ਸਪੀਡ ਹੈ ਜੀ, ਇਹ 50 ਦੇ ਪਲੱਸ ਜਾਂਦਾ, 45 ਤੋਂ 50 ਪਲੱਸ। ਸਾਹਮਣ ਵਾਲਾ ਚਾਹੀਦਾ ਜੀ, ਡੋਲਦਾ ਨਹੀਂ, ਭਾਰੀ ਹੈ, ਹੈਵੀ ਬਹੁਤ ਹੈ। ਹਾਂ, ਬਹੁਤ ਹੈਵੀ ਵਾਲੇ ਜਾਂਦੇ ਹੀ ਨਹੀਂ ਜਿੱਦਾਂ ਕਿਸੇ, ਇਹ ਨਹੀਂ ਜਾਂਦਾ ਜੀ, ਇਹ ਤਾਂ ਬਹੁਤ ਤਕੜਾ ਟਰੈਕਟਰ ਹੈ, ਬਹੁਤ ਸੋਹਣਾ ਹੈ, ਇੱਕ ਆਪਾਂ ਗੱਲਾਂ ਕਰਦੇ ਹਾਂ, ਲਿਫਟ ਦੀ ਕੁਆਸਟੀ ਵੱਡੀ ਹੈ। ਹਾਂ ਜੀ, ਹਾਂ, ਤੇ ਬ੍ਰੇਕਾਂ ਤੇਲ ਦੀਆਂ ਨੇ ਇਹਦੀਆਂ, ਬਹੁਤ ਸੋਹਣਾ ਟਰੈਕਟਰ ਚੱਲਣ ਨੂੰ। ਡੀਜ਼ਲ ਖਰਚਾ ਵੀ ਤੁਹਾਨੂੰ ਸਾਰਿਆਂ ਨੇ ਦੱਸਿਆ ਹੋਊ। ਹਾਂ ਜੀ, ਹਾਂ, ਅੱਜ ਅਸੀਂ ਇੱਥੇ ਸਰਵਿਸ ਕਰਾਉਣ ਆਏ ਆਪਾਂ ਵੀ। ਅੱਛਾ ਜੀ। ਤਕਰੀਬਨ ਇਹਨਾਂ ਨੇ ਮੇਰਾ ਖਿਆਲ 10-11 ਟਰੈਕਟਰ ਵੇਚੇ ਨੇ, ਛੋਟੇ ਤੋਂ ਵੱਡੇ ਲੈ ਕੇ। ਹਾਂ, ਸਾਰੇ ਵੇਚ, ਅੱਜ ਆਪਾਂ ਫੁਲਕਾਰੀਆਂ ਪਾਈਆਂ ਹੋਈਆਂ ਤੁਸੀਂ? ਹਾਂ, ਫੁਲਕਾਰੀਆਂ ਪਾਈਆਂ ਦੇਖੀਆਂ ਹੋਣਗੀਆਂ। ਹਾਂ ਜੀ, ਹਾਂ, ਬਹੁਤ ਸੋਹਣਾ ਹੈ। ਬਾਕੀ ਸਿਰ ਇਹ ਮਾਲਕ ਹੈ ਜਿਹੜਾ ਕੁਲਦੀਪ ਸਿੰਘ, ਸਾਹਪੁਰ ਵਾਲਾ, ਬਲਾਡਾ ਏਜੰਸੀ 'ਚੋਂ, ਇਹ ਇੰਨੀ ਗੱਲ ਸੁਣਦਾ ਜੇ ਤਕਲੀਫ ਹੈ ਬੰਦੇ ਨੂੰ, ਚਾਹੇ ਇਹਨੂੰ 50 ਕਿਲੋਮੀਟਰ ਚੱਲਣਾ, 40 ਕਿਲੋਮੀਟਰ ਚੱਲ ਕੇ ਜਾਣਾ, ਉੱਥੇ ਹੀ ਪਹੁੰਚਦਾ। ਡੈਮੋ ਆਪਣੇ ਪਿੰਡ ਦਿਖਾਵਾਂਗੇ, ਸੁਪਰ ਸੀਡਰ ਲਾ ਕੇ, ਰੋਟਾਵੀਟਰ ਲਾ ਕੇ, ਮਤਲਬ ਜਿੰਨੇ ਸਾਡੇ ਕੋਲ ਸੰਦ ਨੇ ਅਸੀਂ ਸਾਰੇ ਉਹ ਸੰਦਾਂ ਨਾਲ ਤੁਹਾਨੂੰ ਇਹਦਾ ਡੈਮੋ ਦਿਖਾਵਾਂਗੇ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਇਸ ਟਰੈਕਟਰ ਦੇ ਵਿੱਚ ਖਾਸੀਅਤ ਕੀ ਹੈ। ਬਾਕੀ ਬਾਈ ਹੋਰਾਂ ਨੇ ਆਪਾਂ ਨੂੰ ਇਕੱਲੀ ਇਕੱਲੀ ਚੀਜ਼ ਬਾਰੇ ਜਾਣਕਾਰੀ ਦਿੱਤੀ ਹੈ, ਅਤੇ ਅੰਕਲ ਜੀ ਨੇ ਜਾਣਕਾਰੀ ਦਿੱਤੀ ਹੈ, ਬਾਈ ਨੇ ਜਾਣਕਾਰੀ ਦਿੱਤੀ ਹੈ, ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।